प्यारे विद्यार्थियों स्वागत है ਤੁਹਾਡਾ ਮੇਰੇ YouTube ਚੈਨਲ ਸਹਿਤਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਾਦਰ ਯਾਰ ਦਾ ਲਿਖਿਆ ਹੋਇਆ ਪੂਰਨ ਭਗਤ ਦਾ ਕਿੱਸਾ ਵਿਸਤਾਰ ਸਹਿਤ ਪੜਾਂਗੇ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਯਾਦ ਕਰੋ ਪੂਰਨ ਦਾ ਜਨਮ ਅਲਫ ਆਖ ਸਖੀ ਸਿਆਲकोट ਅੰਦਰ ਪੂਰਨ ਪੁੱਤ ਸਲਵਾਨ ਨੇ ਜਾਇਆ ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ ਸਦ ਪੰਡਤਾਂ ਵੇਦ ਪੜਾਇਆ ਸਖੀ ਜਣੀ ਸਹੇਲੀ ਸਿਆਲकोट ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ਹੈ ਤੇ ਜਾਇਆ ਹੁੰਦਾ ਜੰਮਿਆ ਤੇ ਵੇਦ ਜੋਤਿਸ਼ ਵਿੱਦਿਆ ਦਾ ਮੰਤਰ ਤਾਂ ਪ੍ਰਸੰਗ ਦੇਖੋ ਇਹਨਾਂ ਲਾਈਨਾਂ ਦਾ ਇਹ ਕਾਵ ਟੋਟਾ ਕਾਦਰ ਯਾਰ ਦੇ ਕਿੱਸੇ ਪੂਰਨ ਭਗਤ ਵਿੱਚੋਂ ਲਿਆ ਗਿਆ ਹੈ ਤੇ ਸਾਹਿਤ ਮਾਲਾ ਪੁਸਤਕ ਵਿੱਚ ਪੂਰਨ ਦਾ ਜਨਮ ਸਰਲੇਖੇਟ ਦਰਜ ਇਸ ਕਿੱਸੇ ਵਿੱਚ ਕਵੀ ਨੇ ਪੂਰਨ ਭਗਤ ਦੀ ਜੀਵਨ ਕਥਾ ਨੂੰ ਬਿਆਨ ਕੀਤਾ ਤੇ ਇਨਾਂ ਸਤਰਾਂ ਵਿੱਚ ਕਵੀ ਨੇ ਰਾਜੇ ਸਲਵਾਨ ਦੇ ਘਰ ਪੂਰਨ ਦੇ ਜਨਮ ਤੇ ਜੋਤਿਸ਼ੀਆਂ ਦੇ ਕਹਿਣ ਅਨੁਸਾਰ ਉਸਦੇ ਭੋਰੇ ਵਿੱਚ ਪਾਏ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ ਹੈ ਤਾਂ ਕੀ ਕਹਿੰਦਾ ਇੱਕੋ ਕਵੀ ਅਲਫ ਆਖ ਸਖੀ ਸਿਆਲਕੋਟ ਅੰਦਰ ਪੂਰਨ ਪੁੱਤ ਸਲਵਾਨ ਨੇ ਜਾਇਆ ਈ ਵੀ ਕਵੀ ਕਹਿੰਦਾ ਹੈ ਕਿ हे ਸਖੀ ਤੂੰ ਦੱਸ ਕੇ ਸਿਆਲਕੋਟ ਵਿਖੇ ਰਾਜੇ ਸਲਵਾਨ ਦੇ ਘਰ ਪੂਰਨ ਨਾਂ ਦਾ ਪੁੱਤਰ ਪੈਦਾ ਹੋਇਆ ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ ਸਦ ਪੰਡਤਾਂ वेद ਪੜਾਇਆ ਈ ਜਦੋਂ ਉਸਦੇ ਜਨਮ ਦੀ ਰਾਜੇ ਨੂੰ ਖਬਰ ਹੋਈ ਤਾਂ ਉਸਨੇ ਪੰਡਤਾਂ ਨੂੰ ਸੱਦ ਕੇ ਉਹਨਾਂ ਨੂੰ ਜੋਤਿਸ਼ ਵਿੱਦਿਆ ਦੀ ਪੁਸਤਕ ਬਾਚ ਕੇ ਬੱਚੇ ਦੇ ਭਵਿੱਖ ਬਾਰੇ ਦੱਸਣ ਲਈ ਕਿਹਾ ਬੇਵੇਦ ਉੱਤੇ ਜਿਵੇਂ ਲਿਖਿਆ ਸੀ ਤਿਵੇਂ ਪੰਡਤਾਂ ਆਖ ਸੁਣਾਏ ਦਿੱਤਾ ਤੇ ਪੰਡਤਾਂ ਨੇ ਕਿਤਾਬ ਵਿੱਚ ਜੋ ਕੁਝ ਲਿਖਿਆ ਸੀ ਉਹ ਹੀ ਉਹਨੂੰ ਪੜ੍ਹ ਕੇ ਸੁਣਾਤਾ ਪੂਰਨ ਇੱਕ ਹਨੇਰਿਓਂ ਨਿਕਲਿਆ ਸੀ ਦੂਜੀ ਕੋਠੜੀ ਦੇ ਵਿੱਚ ਪਾਏ ਦਿੱਤਾ ਤੇ ਉਹਨਾਂ ਦੀ ਸਲਾਹ ਅਨਸਾਰ ਕੀ ਸੀਗਾ ਵੀ ਰਾਜੇ ਨੇ ਪੂਰਨ ਨੂੰ 12 ਸਾਲ ਦੇ ਲਈ ਪੋਰੇ ਵਿੱਚ ਪਾ ਦਿੱਤਾ ਤੇ ਇਸ ਤਰ੍ਹਾਂ ਜਦੋਂ ਪੂਰਨ ਮਾਂ ਦੀ ਕੁੱਖ ਦੇ ਹਨੇਰੇ ਵਿੱਚੋਂ ਨਿਕਲਿਆ ਸੀ ਤੇ ਦੂਜੇ ਹਨੇਰੇ ਭਾਵ ਪੋਰੇ ਵਿੱਚ ਪਾ ਦਿੱਤਾ ਗਿਆ ਅਰਥਾਤ ਉਸ ਦੀ ਪਾਲਣਾ ਪੋਰੇ ਵਿੱਚ ਹੋਣ ਲੱਗੀ ਤੇ ਇਸ ਤਰ੍ਹਾਂ ਹੋਇਆ ਸੀ ਪੂਰਨ ਦਾ ਜਨਮ ਤੇ ਇਸ ਕਵਿਤਾ ਦਾ ਕੇਂਦਰੀ ਭਾਵ ਦੇਖੋ ਸਿਆਲਕੋਟ ਦੇ ਰਾਜੇ ਸਲਵਾਨ ਦੇ ਘਰ ਪੂਰਨ ਦਾ ਜਨਮ ਹੋਇਆ ਜਿਸ ਨੂੰ ਜੋਤਸ਼ੀਆਂ ਦੇ ਕਹਿਣ ਉੱਤੇ ਰਾਜੇ ਨੇ 12 ਸਾਲ ਲਈ ਭੋਰੇ ਦੀ ਕੋਠੜੀ ਵਿੱਚ ਪਾ ਦਿੱਤਾ ਇਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ ਠੀਕ ਹੈ ਖੇ ਖਬਰ ਹੋਈ ਰਾਣੀ ਇਛਰਾਂ ਨੂੰ ਜਿਸ ਜਾਇਆ ਪੂਰਨ ਪੁੱਤ ਸਾਈ ਚੂੜਾ ਭੰਨ ਤੇ ਤੋੜ ਹਮੇਲ ਬੀੜੇ ਵਾਲ ਪੁੱਤ ਰਾਣੀ ਸਿਰ ਖਾਕ ਪਾਈ ਮੰਦਾ ਕਾਓ ਪਿਆਰਿਆਂ ਪੁੱਤਰਾਂ ਦਾ ਰਾਣੀ ਭੱਜ ਕੇ ਰਾਜੇ ਦੇ ਪਾਸ ਆਈ ਕਾਦਰ ਯਾਰ ਖੜੋਏ ਪੁਕਾਰ ਕਰਦੀ ਇਹਦੇ ਨਾਲ ਕੀ ਰਾਜਿਆ ਵਹਿਰ ਸਾਈ ਤਾਂ ਸਾਈ ਹੁੰਦਾ ਸੀ ਹਮੇਲ ਗਲ ਦੇ ਗਹਿਣੇ ਨੂੰ ਕਿਹਾ ਜਾਂਦਾ ਬੀੜੇ ਬਟਨ ਖਾ ਕੇ ਮਿੱਟੀ ਖਾਉ ਹੁੰਦੀ ਆ ਜ਼ਖਮ ਤਾਂ ਪ੍ਰਸੰਗ ਦੇਖੋ ਇਹਨਾਂ ਰਾਇਨਾਂ ਦਾ ਇਹ ਕਾਵ ਟੋਟਾ ਕਾਦਰ ਯਾਰ ਦੇ ਕਿੱਸੇ ਪੂਰਨ ਭਗਤ ਵਿੱਚੋਂ ਲਿਆ ਗਿਆ ਹੈ ਤੇ ਇਹ ਸਾਹਿਤ ਮਾਲਾ ਪੁਸਤਕ ਵਿੱਚ ਇਛਰਾਂ ਨੂੰ ਪੂਰਨ ਦੀ ਸਜਾ ਦਾ ਪਤਾ ਲੱਗਣਾ ਸਰਲੇਖੇਟ ਦਰਜ ਹੈ ਇਹਨ ਸਤਰਾ ਵਿੱਚ ਕਵੀ ਪੂਰਨ ਦੀ ਮਾਤਾ ਇਛਰਾਂ ਦੇ ਦੁੱਖ ਨੂੰ ਬਿਆਨ ਕਰਦਾ ਹੈ ਤਾਂ ਕੀ ਕਹਿੰਦਾ ਕਵੀ ਦੇਖੋ ਵਿਆਖਿਆ ਖੇ ਖਬਰ ਹੋਈ ਰਾਣੀ ਇਛਰਾਂ ਨੂੰ ਜਿਸ ਜਾਇਆ ਪੂਰਨ ਪੁੱਤ ਸائیں ਕਾਦਰਯਾਰ ਲਿਖਦਾ ਕਿ ਜਦੋਂ ਪੂਰਨ ਨੂੰ ਜਨਮ ਦੇਣ ਵਾਲੀ ਮਾਤਾ ਰਾਣੀ ਇਛਰਾਂ ਨੂੰ ਉਸ ਵਿਰੋਧ ਰਾਜੇ ਦੇ ਗੁੱਸੇ ਦਾ ਪਤਾ ਲੱਗਾ ਤਾਂ ਚੂੜਾ ਭੰਨ ਤੇ ਤੋੜ ਹਮੇਲ ਵੀੜੇ ਵਾਲ ਪੁੱਤ ਰਾਣੀ ਸਿਰ ਖਾਕ ਪਾਈ ਤਾਂ ਉਸਨੇ ਦੁਖੀ ਹੋਈ ਨੇ ਆਪਣਾ ਚੂੜਾ ਭੰਨ ਦਿੱਤਾ ਉਸ ਨੇ ਗਾਲ ਦੇ ਹਮੇਲਾਂ ਤੇ ਬੀੜੇ ਤੋੜ ਦਿੱਤੇ ਤੇ ਉਸ ਨੇ ਆਪਣੇ ਵਾਲ ਪੁੱਟ ਕੇ ਆਪਣੇ ਸਿਰ ਵਿੱਚ ਮਿੱਟੀ ਪਾ ਲਈ। ਬੰਦਾ ਕਾ ਉਹ ਪਿਆਰਿਆਂ ਪੁੱਤਰਾਂ ਦਾ ਰਾਣੀ ਭੱਜ ਕੇ ਰਾਜੇ ਦੇ ਪਾਸ ਆ। ਅਸਲ ਵਿੱਚ ਮਾਵਾਂ ਲਈ ਪੁੱਤਰਾਂ ਦੇ ਦੁੱਖ ਦਾ ਜ਼ਖਮ ਬੜਾ ਬੁਰਾ ਹੁੰਦਾ ਹੈ ਤੇ ਰਾਣੀ ਇਛਰਾ ਆਪਣੇ ਪਿਆਰੇ ਪੁੱਤਰ ਦੇ ਸਿਰ ਮੁਸੀਬਤ ਬਣੀ ਦੇਖ ਕੇ ਭੱਜ ਕੇ ਰਾਜੇ ਸਲਵਾਨ ਦੇ ਕੋਲ ਪੁੱਜੀ। ਕਦਰ ਯਾਰ ਖੜੋਏ ਪੁਕਾਰ ਕਰਦੀ ਇਹਦੇ ਨਾਲ ਕੀ ਰਾਜਿਆ ਵੈਰ ਸਾਈ ਤੇ ਖੜੋ ਕੇ ਪੁਕਾਰਦੀ ਹੋਈ ਕਹਿਣ ਲੱਗੀ ਕਿ ਉਸ ਦਾ ਉਸ ਨਾਲ ਕੀ ਵੈਰ ਸੀ ਕਿ ਉਹ ਉਸ ਦੇ ਪੁੱਤਰ ਨੂੰ ਮਾਰਨ ਤੇ ਤੁਲ ਗਿਆ ਗੈਨ ਗਮ ਖਾਦਾ ਰਾਣੀ ਹੋਈ ਅੰਨੀ ਆਹੀ ਮਾਰਦੀ ਰੱਬ ਦੇ ਦੇਖ ਬੂਹੇ ਪੁੱਤਰ ਪਕੜ ਬੇਗਾਨਿਆਂ ਮਾਪਿਆਂ ਦੇ ਪੂਰਨ ਭਗਤ ਨੂੰ ਲੈ ਗਏ ਬਾਹਰ ਜੋਹੇ ਉਹਦੇ ਦਸਤ ਸਹਿਕਾਏ ਕੇ ਵੱਡਿਓ ਨੇ ਉਹਦੀ ਲੋਤ ਵਹਾਮ ਦੇ ਵਿੱਚ ਖੋਹੇ ਕਦਰ ਯਾਰਾ ਲੂਣਾ ਨੂੰ ਦੇਣ ਰਤੂ ਵੇਖ ਲਾਮ ਦੀ ਹਾਰ ਸ਼ਿੰਗਾਰ ਸੋਹੇ ਜੋਹੇ ਜਾਨੀ ਜੰਗਲ ਵਿੱਚ ਦਸਤ ਹੁੰਦੇ ਆ ਹੱਥ ਸਹਿਕਾਏ ਕੇ ਤੜਫਾ ਤੜਫਾ ਕੇ ਵਹਾਂ ਆਮਦੇ ਸੁੱਟ ਦਿੰਦੇ ਤੇ ਖੋ ਹੋਏ ਖੋ ਵਿੱਚ ਤੇ ਰਤੂ ਲਹੋ ਤਵੇ ਆਖਿਆ ਦੇਖੋ ਇਹਨਾਂ ਲਾਈਨਾਂ ਦੀ ਆਮ ਖਾਦਾ ਰਾਣੀ ਹੋਈ ਯਾਨੀ ਆਹੀ ਮਾਰਦੀ ਰੱਬ ਦੇ ਦੇਖ ਬੋਗੇ ਕਾਦਰ ਯਾਰ ਕਹਿੰਦਾ ਹੈ ਕਿ ਰਾਣੀ ਇਛਰਾ ਆਪਣੇ ਪੁੱਤਰ ਦੇ ਵਿਛੋੜੇ ਵਿੱਚ ਆਹਾ ਮਾਰਦੀ ਤੇ ਰੱਬ ਦੇ ਦਰ ਤੋਂ ਮਿਹਰ ਦੀ ਮੰਗ ਕਰਦੀ ਹੋਈ ਅੰਨੀ ਹੋ ਗਈ ਪੁੱਤਰ ਪਕੜ ਬੇਗਾਨਿਆਂ ਮਾਪਿਆਂ ਦੇ ਪੂਰਨ ਭਗਤ ਨੂੰ ਲੈ ਗਏ ਬਾਹਰ ਜੋਹੇ ਤੇ ਬੇਗਾਨੇ ਮਾਪਿਆਂ ਦੇ ਪੁੱਤਰ ਜਾਨੀ ਜਲਾਦ ਸੀ ਜਿਹੜੇ ਉਹ ਪੂਰਨ ਭਗਤ ਨੂੰ ਬਾਹਰ ਜੰਗਲ ਵਿੱਚ ਲੈ ਗਏ ਤੇ ਉਹਦੇ ਦਸਤ ਸਹਿਕਾਇਕੇ ਵੱਡੇ ਉਹਦੀ ਲੋਥਵਹਾਮ ਦੇ ਵਿੱਚ ਖੋਹੇ ਤੇ ਉੱਥੇ ਉਹਨਾਂ ਉਹਨਾਂ ਉਸ ਨੂੰ ਤੜਫਾ ਤੜਫਾ ਕੇ ਉਸ ਦੇ ਹੱਥ ਪੈਰ ਵੱਢ ਦਿੱਤੇ ਤੇ ਉਸ ਦੀ ਲੋਥ ਨੂੰ ਖੋ ਵਿੱਚ ਸੁੱਟ ਦਿੱਤਾ ਤੇ ਕਾਦਰ ਯਾਰ ਆ ਲੂਣਾ ਨੂੰ ਦੇਨ ਰਤੂ ਵੇਖ ਲਾਮ ਦੀ ਹਾਰ ਸ਼ਿੰਗਾਰ ਸੋਹੇ ਉਹਨਾਂ ਉਸ ਦੀ ਮਤ੍ਰੇਈ ਮਾਂ ਲੂਣਾ ਨੂੰ ਉਸ ਦਾ ਲਹੂ ਲਿਆ ਕੇ ਦਿੱਤਾ ਤੇ ਉਹ ਖੁਸ਼ੀ ਵਿੱਚ ਸੋਹੇ ਹਾਰ ਸ਼ਿੰਗਾਰ ਲਾ ਕੇ ਬੈਠ ਗਈ ਤਾਂ ਕੇਂਦਰੀ ਭਾਵ ਦੇਖੋ ਇਹਨਾਂ ਲਾਈਨਾਂ ਦਾ ਲੂਣਾ ਦੀ ਝੂਠੀ ਤੂਮਤ ਕਾਰਨ ਰਾਜੇ ਦੇ ਪੂਰਨ ਵਿਰੁੱਧ ਗੁੱਸੇ ਬਾਰੇ ਸੁਣ ਕੇ ਉਸ ਦੀ ਮਾਤਾ ਇਛਰਾਂ ਦੀ ਹਾਲਤ ਬਹੁਤ ਬੁਰੀ ਹੋਈ ਤੇ ਉਸ ਦੇ ਵਿਛੋੜੇ ਵਿੱਚ ਰੋ ਰੋ ਕੇ ਅੰਨੇ ਹੋ ਗਈ ਤੇ ਜਲਾਦਾ ਨੇ ਪੂਰਨ ਨੂੰ ਜੰਗਲ ਵਿੱਚ ਲਜਾ ਕੇ ਉਸ ਦੇ ਹੱਥ ਪੈਰ ਵੱਢ ਕੇ ਉਸ ਨੂੰ ਖੂਹ ਵਿੱਚ ਸੁੱਟ ਦਿੱਤਾ ਅਗਲਾ ਕਾਫ ਟੋਟਾ ਦੇਖੋ ਮਾਂ ਪੁੱਤਰ ਦਾ ਮੇਲ ਮੀਮ ਮਿਲਨ ਨੂੰ ਆਈ ਮਾਤਾ ਇਛਰਾ ਇਹ ਦਸੋ ਮੈਨੂੰ ਲੋਕੋ ਆਇਆ ਸਾਧ ਕੋਈ ਮੇਰੇ ਪੁੱਤਰ ਦਾ ਵਾਗ ਬੇਰਾਨ ਪਿਆ ਫੇਰ ਲੱਗਾ ਹੈ ਕਰਨ ਆਬਾਦ ਕੋਈ ਮੈਂ ਵੀ ਲੈ ਆਵਾਂ ਦਾਰੂ ਅੱਖੀਆਂ ਦਾ ਪੂਰਨ ਛੱਡਣਾ ਗਿਆ ਸਵਾਦ ਕੋਈ ਕਦਰ ਯਾਰ ਮੈਂ ਤਾਂ ਲੱਖ ਵਟਣੀ ਆਂ ਦਾਰੂ ਦੇ ਫਕੀਰ ਮੁਰਾਦ ਕੋਈ ਦਾਰੂ ਜਣੀ ਦਵਾਈ ਲੱਖ ਵਟ ਨਹੀਂ ਬਹੁਤ ਲਾਭ ਲੈਂਦੀਆਂ ਤੇ ਮੁਰਾਦ ਹੁੰਦੀ ਹੈ ਇੱਛਾ ਤਾਂ ਪ੍ਰਸੰਗ ਦੇਖੋ ਇਹਨਾਂ ਲਾਈਨਾਂ ਦਾ ਇਹ ਕਾਵ ਟੋਟਾ ਕਾਦਰ ਯਾਰ ਦੇ ਕਿੱਸੇ ਪੂਰਨ ਭਗਤ ਵਿੱਚੋਂ ਲਿਆ ਗਿਆ ਹੈ ਤੇ ਸਾਹਿਤਮਾਲਾ ਪੁਸਤਕ ਵਿੱਚ ਮਾਂ ਪੁੱਤਰ ਦਾ ਮੇਲ ਸਰਲੇਖੇਟ ਦਰਜ ਹੈ ਇਸ ਕਵਿਤਾ ਵਿੱਚ ਕਵੀ ਨੇ ਪੂਰਨ ਭਗਤ ਦੀ ਜੀਵਨ ਕਥਾ ਬਿਆਨ ਕੀਤੀ ਹੈ ਇਸ ਕਾਵ ਟੋਟੇ ਦਾ ਸਬੰਧ ਉਸ ਘਟਨਾ ਨਾਲ ਹੈ ਜਦੋਂ ਜੋਗੀ ਬਣਿਆ ਪੂਰਨ ਸਿਆਲਕੋਟ ਵਿਖੇ ਆਪਣੇ ਬਾਗ ਵਿੱਚ ਆਉਂਦਾ ਹੈ ਤੇ ਉਸ ਦੀ ਮਹਿਮਾ ਸੁਣ ਕੇ ਪੁੱਤਰ ਵਿਛੋੜੇ ਵਿੱਚ ਰੋ ਰੋ ਕੇ ਅੰਨੀ ਹੋਈ ਮਾਂ ਇਛਰਾ ਉਸ ਨੂੰ ਮਿਲਣ ਲਈ ਆਉਂਦੀ ਹੈ ਤਾਂ ਵਿਆਖਿਆ ਦੇਖੋ ਇਹਨਾਂ ਲਾਈਨਾਂ ਦੀ ਮੇ ਮਿਲਣ ਆਈ ਮਾਤਾ ਇਛਰਾਏ ਦੱਸੋ ਮੈਨੂੰ ਲੋਕੋ ਆਇਆ ਸਾਧ ਕੋਈ ਤਾਂ ਕਾਦਰਯਾਰ ਲਿਖਦਾ ਹੈ ਕਿ ਪੂਰਨ ਭਗਤ ਦੀ ਮਾਂ ਇਛਰਾ ਲੋਕਾਂ ਨੂੰ ਕਹਿ ਰਹੀ ਸੀ ਕਿ ਉਹ ਉਸ ਨੂੰ ਦੱਸਣ ਕਿ ਕੀ ਇਹ ਗੱਲ ਠੀਕ ਹੈ ਕਿ ਇੱਥੇ ਕੋਈ ਸਾਧੂ ਆਇਆ ਹੈ ਮੇਰੇ ਪੁੱਤਰ ਦਾ ਬਾਗ ਵੇਰਾਨ ਪਿਆ ਫੇਰ ਲੱਗਾ ਹੈ ਕਰਨ ਆਬਾਦ ਕੋਈ ਕਿਉਂ ਠੀਕ ਹੀ ਉਸਦੇ ਪੁੱਤਰ ਦੇ ਉਜੜੇ ਤੇ ਵਿਰਾਨ ਬਾਗ ਨੂੰ ਮੁੜ ਆਬਾਦ ਕਰਨ ਲੱਗਾ ਹੈ ਮੈਂ ਵੀ ਲੈ ਆਵਾਂ दारू ਅੱਖੀਆਂ ਦਾ ਪੂਰਨ ਛੱਡ ਨਾ ਗਿਆ ਸਵਾਦ ਕੋਈ ਤੇ ਉਹ ਕਹਿੰਦੀ ਹੈ ਕਿ ਮੈਂ ਵੀ ਉਹਨੂੰ ਮਿਲਣ ਜਾਵਾਂ ਠੀਕ ਹੈ ਉਹ ਵੀ ਉਸਨੂੰ ਮਿਲਣ ਲਈ ਜਾਣਾ ਚਾਹੁੰਦੀ ਹੈ ਤਾਂ ਜੋ ਉਹ ਵੀ ਉਸ ਤੋਂ ਆਪਣੀਆਂ ਅੰਨੀਆਂ ਅੱਖਾਂ ਦਾ ਕੋਈ दारू ਲੈ ਆਵੇ ਜਾਂ ਦਵਾਈ ਲੈ ਆਵੇ ਤੇ ਉਸ ਦੇ ਪੁੱਤਰ ਪੂਰਨ ਨੇ ਆਪਣੇ ਵਿਛੋੜੇ ਨਾਲ ਉਸ ਦੇ ਜੀਵਨ ਦਾ ਕੋਈ ਵੀ ਸਵਾਦ ਨਹੀਂ ਰਹਿਣ ਦਿੱਤਾ ਕਾਦਰ ਯਾਰ ਮੈਂ ਤਾਂ ਲੱਖ ਵਟਣੀ ਆਂ दारू ਦੇ ਫਕੀਰ ਮੁਰਾਦ ਕੋਈ ਉਹ ਕਹਿ ਰਹੀ ਸੀ ਕਿ ਉਹ ਸਮਝੇਗੀ ਕਿ ਉਸ ਨੂੰ ਜੀਵਨ ਵਿੱਚ ਸਭ ਕੁਝ ਪ੍ਰਾਪਤ ਹੋ ਗਿਆ ਜੇਕਰ ਕੋਈ ਉਸ ਨੂੰ दारू ਦੇ ਕੇ ਉਸ ਦੀਆਂ ਅੰਨੀਆਂ ਅੱਖਾਂ ਨੂੰ ਠੀਕ ਕਰਨ ਦੀ ਮੁਰਾਦ ਪੂਰੀ ਕਰ ਦੇਵੇ ਨੂਰ ਨਜ਼ਰ ਕੀਤੀ ਪੂਰਨ ਪਰਤ ਡਿੱਠਾ ਮਾਤਾ ਆਮਦੀ ਏ ਕਿਸੇ ਹਾਲ ਮੰਦੇ ਅੱਡੀ ਖੋੜਿਆਂ ਨਾਲ ਬੇਹੋਸ਼ ਹੋਈ ਉਹਨੂੰ ਨਜ਼ਰ ਨਾ ਆਮਦੇ ਖਾਰ ਕੰਡੇ ਪੂਰਨ ਵੇਖ ਕੇ ਸਹਿ ਨਾ ਸਕਿਆ ਈ ਰੋਏ ਉੱਠਿਆ ਹੋਏ ਹੈਰਾਨ ਬੰਦੇ ਕਾਦਰ ਯਾਰ ਮੀਆਂ ਅੱਗੋਂ ਉੱਠ ਪੂਰਨ ਦੇਖਾਂ ਕਿਸ ਤਰ੍ਹਾਂ ਮਾਂ ਆਉਂਦੇ ਦਰਦ ਵੰਡੇ ਤਾਂ ਅੱਡੀ ਖੇੜਿਆਂ ਨਾਲ ਨਹੀਂ ਖੇਡੇ ਖਾ ਖਾ ਕੇ ਖਾਰ ਹੁੰਦੇ ਕੰਡੇ ਠੀਕ ਹੈ ਤਾਂ ਇਹਨਾਂ ਲਾਈਨਾਂ ਦੇ ਵਿੱਚ ਕਵੀ ਨੇ ਮਾਂ ਪੁੱਤਰ ਦੇ ਮਲਾਪ ਦੀ ਝਾਕੀ ਪੇਸ਼ ਕੀਤੀ ਹੈ ਤਾਂ ਵਿਆਖਿਆ ਦੇਖੋ ਨੂਨ ਨਜ਼ਰ ਕੀਤੀ ਪੂਰਨ ਪਰਤ ਡਿੱਠਾ ਮਾਤਾ ਆਮ ਦੀ ਏ ਕਿਸੇ ਹਾਲ ਮੰਦੇ ਤੇ ਕਾਦਰ ਯਾਰ ਲਿਖਦਾ ਕਿ ਪੂਰਨ ਨੇ ਮੁੜ ਕੇ ਨਜ਼ਰ ਭਰ ਕੇ ਦੇਖਿਆ ਕਿ ਉਸ ਦੀ ਮਾਤਾ ਇਛਰਾ ਬੜੀ ਹੀ ਮੰਦੀ ਹਾਲਤ ਵਿੱਚ ਉਸ ਵੱਲ ਆ ਰਹੀ ਸੀ। ਅੱਡੀ ਖੋੜਿਆਂ ਨਾਲ ਬੇਹੋਸ਼ ਹੋਈ ਉਹਨੂੰ ਨਜ਼ਰ ਨਾ ਆਮਦੇ ਖਾਰ ਕੰਡੇ। ਉਹ ਰਾਹ ਵਿੱਚ ਠੇਡੇ ਖਾਨ ਕਾਰਨ ਬੇਹੋਸ਼ ਜਿਹੀ ਹੋ ਗਈ ਸੀ ਕਿਉਂਕਿ ਅੰਨੀ ਹੋਣ ਕਰਕੇ ਉਸ ਨੂੰ ਰਸਤੇ ਵਿੱਚ ਲੀਆਂ ਰੁਕਾਵਟਾਂ ਤੇ ਕੰਡੇ ਆਦਿ ਦਿਖਾਈ ਨਹੀਂ ਸੀ ਦੇ ਰਹੇ। ਪੂਰਨ ਵੇਖ ਕੇ ਸਹਿ ਨਾ ਸਕਿਆ ਹੀ ਰੋਏ ਉੱਠਿਆ ਹੋਏ ਹੈਰਾਨ ਬੰਦੇ। ਤੇ ਇਹ ਦੁੱਖ ਦੇਖ ਕੇ ਪੂਰਨ ਬਰਦਾਸ਼ਤ ਨਾ ਕਰ ਸਕਿਆ ਤੇ ਉਹ ਰੋਂਦਾ ਹੋਇਆ ਉੱਠਿਆ। ਤੇ ਉਸਦੀ ਇਹ ਹਾਲਤ ਦੇਖ ਕੇ ਉੱਥੇ ਬੈਠੇ ਹੋ ਸਾਰੇ ਲੋਕ ਹੈਰਾਨ ਰਹਿ ਗਏ ਕਦਰ ਯਾਰ ਮੀਆਂ ਅੱਗੋਂ ਉੱਠ ਪੂਰਨ ਦੇਖਾਂ ਕਿਸ ਤਰ੍ਹਾਂ ਮਾਂਉਂਦੇ ਦਰਦ ਵੰਡੇ ਤਾਂ ਫਿਰ ਕਵੀ ਕਹਿੰਦਾ ਵੀ ਦੇਖੋ ਪੂਰਨ ਉੱਠ ਕੇ ਮਾਂ ਦੇ ਦਰਦ ਕਿਸ ਤਰ੍ਹਾਂ ਵੰਡਾਉਂਦਾ ਹੈ ਉਹ ਵਰਤਿਆ ਕੀ ਏ ਤੇਰੇ ਨਾਲ ਮਾਤਾ ਪੂਰਨ ਆਖਦਾ ਦੱਸ ਖਾਂ ਸਾਰ ਮੈਨੂੰ ਤੇਰੇ ਰੋਂਦੀ ਦੇ ਨੈਣ ਬਸੀਰ ਹੋਏ ਨਜ਼ਰ ਆਉਂਦਾ ਏ ਹਜ਼ਾਰ ਮੈਨੂੰ ਮਾਤਾ ਆਖ ਦੀ ਦੁੱਖ ਨਾ ਫੋਲ ਬੇਟਾ ਪਿਆ ਪੁੱਤਰ ਵਿਰਾਗ ਗੁਬਾਰ ਮੈਨੂੰ ਕਾਦਰਯਾਰ ਬੁਰੇ ਦੁੱਖ ਪੁੱਤਰਾਂ ਦੇ ਗਿਆ ਦਰਦ ਵਿਛੋੜੇ ਦਾ ਮਾਰ ਮੈਨੂੰ ਸਾਰ ਜਨੀ ਸੰਖੇਪ ਤੇ ਬਸੀਰ ਅੰਨੇ ਹਜ਼ਾਰ ਹੁੰਦੇ ਦੁੱਖ ਬੈਰਾਗ ਉਦਾਸੀ ਤੇ ਗੁਬਾਰ ਹਨੇਰਾ ਤੇ ਕਾਦਰਯਾਰ ਕੀ ਕਹਿੰਦਾ ਦੇਖੋ ਵਿਆਖਿਆ ਕਰਦੇ ਆਪਾਂ ਇਹਨਾਂ ਲਾਈਨਾਂ ਦੀ ਵਾਉ ਵਰਤਿਆ ਕੀ ਤੇਰੇ ਨਾਲ ਮਾਤਾ ਪੂਰਨ ਆਖਦਾ ਦੱਸ ਖਾਂ ਸਾਰ ਮੈਨੂੰ ਕਾਦਰਯਾਰ ਕਹਿੰਦਾ ਕਿ ਪੂਰਨ ਨੇ ਮਾਤਾ ਇਛਰਾਂ ਨੂੰ ਦੇਖਦਿਆਂ ਇਹ ਪੁੱਛਿਆ ਕਿ ਉਸ ਨਾਲ ਕੀ ਗੁਜ਼ਰੀਏ ਜਰਾ ਉਸ ਨੂੰ ਸੰਖੇਪ ਵਿੱਚ ਹਾਲ ਦੱਸੇ ਠੀਕ ਹੈ ਆਪਣੇ ਅਨਸਾਰ ਦੱਸ ਸੰਖੇਪ ਦੇ ਵਿੱਚ ਜਾਨੀ ਹਾਲ ਦੱਸ ਤੇਰੇ ਰੋਂਦੀ ਦੇ ਨੈਣ ਬਸੀਰ ਹੋਏ ਨਜ਼ਰ ਆਉਂਦਾ ਏ ਹਜ਼ਾਰ ਮੈਨੂੰ ਠੀਕ ਹੈ ਹਜ਼ਾਰ ਹੁੰਦਾ ਦੁੱਖ ਬਸੀਰ ਅੰਨੇ ਹੋਇਆ ਉਸ ਨੂੰ ਪ੍ਰਤੀਤ ਹੁੰਦਾ ਹੈ ਕਿ ਉਹ ਬਹੁਤ ਦੁਖੀ ਹੈ ਤੇ ਉਸ ਦੀਆਂ ਰੋ ਰੋ ਕੇ ਅੱਖਾਂ ਅੰਨੀਆਂ ਹੋ ਗਈਆਂ ਹਨ ਤੇ ਮਾਤਾ ਆਖਦੀ ਦੁੱਖ ਨਾ ਫੋਲ ਬੇਟਾ ਪਿਆ ਪੁੱਤਰ ਵਿਰਾਗ ਗੁਬਾਰ ਮੈਨੂੰ ਤੇ ਮਾਤਾ ਇਛਰਾ ਨੇ ਕਿਹਾ ਕਿ ਉਹ ਉਸ ਨਾਲ ਦੁੱਖ ਨਾ ਫੋਲੇ ਤਾਂ ਚੰਗਾ ਹੈ ਪੁੱਤਰ ਦੇ ਵਿਛੋੜੇ ਕਾਰਨ ਉਸ ਲਈ ਤਾਂ ਚਫੇਰ ਹਨੇਰ ਪੈ ਗਿਆ ਕਾਦਰ ਯਾਰ ਬੁਰੇ ਦੁੱਖ ਪੁੱਤਰਾਂ ਦੇ ਗਿਆ ਦਰਦ ਵਿਛੋੜੇ ਦਾ ਮਾਰ ਮੈਨੂੰ ਤੇ ਉਸਨੇ ਕਿਹਾ ਕਿ ਪੁੱਤਰਾਂ ਦੇ ਦੁੱਖ ਬਹੁਤ ਬੁਰੇ ਹੁੰਦੇ ਹਨ ਤੇ ਉਸਦੇ ਵਿਛੋੜੇ ਨੇ ਮੈਨੂੰ ਮਾਰ ਸੁਟਿਆ ਹੈ ਹੇ ਹੱਥ ਨੇ ਆਮ ਦੇ ਮੋਏ ਮਾਤਾ ਪੂਰਨ ਆਖ ਦਾ ਮਾਏ ਤੂੰ ਰੋਏ ਨਹੀਂ ਅਰਜਨ ਦਾਸ ਜਹੇਟਾਂ ਹੀ ਮਾਰ ਗਏ ਬਣਿਆ ਇੱਕ ਅਵਿਮਨ ਨੂੰ ਕੋਈ ਨਹੀਂ ਕੈਨੂ ਨਹੀਂ ਲੱਗੇ ਸੱਲ ਪੁੱਤਰਾਂ ਦੇ ਮਾਤਾ ਤੂੰ ਦਿਲਗੀਰ ਵੀ ਹੋਏ ਨਹੀਂ ਕਾਦਰ ਯਾਰ ਦਲੇਰੀਆਂ ਦੇ ਪੂਰਨ ਗਮ ਖਾਏ ਕੇ ਖਫਤਨ ਹੋਏ ਨਹੀਂ अर्जुन ਜਨੀ ਪਾਡਵਾਂ ਦਾ ਇੱਕ ਭਰਾ ਸੀ ਦੇਖੋ ਜਾਣਦੇ ਹੋ ਸਾਰੇ ਹੈ ਨਾ ਅਰਜਨ ਤੇ ਅਭਿਮਨਿਉ ਅਰਜਨ ਦਾ ਪੁੱਤਰ ਸੀ ਜੋ ਮਹਾਭਾਰਤ ਦੀ ਲੜਾਈ ਦੇ 13ਵੇਂ ਦਿਨ ਮਰਿਆ ਸੀ ਤੇ ਖਫਤਨ ਹੁੰਦਾ ਖਪਣਾ ਜਾਂ ਦੁਖੀ ਹੋਣਾ ਤਾਂ ਇਹਦੇ ਵਿੱਚ ਦੇਖੋ ਪੂਰਨ ਆਪਣੀ ਮਾਂ ਨੂੰ ਹੌਸਲਾ ਦੇ ਰਿਹਾ ਤਾਂ ਕੀ ਕਹਿੰਦਾ ਵਿਆਖਿਆ ਕਰਦੇ ਆਪਾਂ ਇਹਨਾਂ ਲਾਈਨਾਂ ਦੀ ਹੇ ਹੱਥ ਨਹੀਂ ਆਮ ਦੇ ਮੋਏ ਮਾਤਾ ਪੂਰਨ ਆਖਦਾ ਮਾਏ ਤੋਂ ਰੋਏ ਨਹੀਂ ਤਾਂ ਕਾਦਰਯਾਰ ਲਿਖਦਾ ਕਿ ਪੂਰਨ ਭਗਤ ਨੇ ਮਾਤਾ ਇਛਰਾ ਨੂੰ ਕਿਹਾ ਕਿ ਉਹ ਰੋਵੇ ਨਾ ਕਿਉਂਕਿ ਮਰੇ ਹੋਏ ਬੰਦੇ ਮੁਰ ਕੇ ਹੱਥ ਨਹੀਂ ਆਉਂਦੇ ਅਰਜਨ ਦਾਸ ਜਿਹੇ ਤਾਂ ਹੀ ਮਾਰ ਗਏ ਬਣਿਆ ਇਕਬ ਮੰਨੂ ਕੋਈ ਨਹੀਂ ਨਾ ਅਰਜਨ ਵਰਗਾ ਯੋਧਾ ਵੀ ਤਾਂ ਆਹ ਮਾਰ ਕੇ ਰੋਇਆ ਸੀ ਕਿਉਂਕਿ ਉਸਦੇ ਪੁੱਤਰ ਅਬਿਮਨ ਨੂੰ ਦੇ ਜੰਗ ਵਿੱਚ ਮਰਨ ਮਗਰੋਂ ਕੋਈ ਹੋਰ ਅਬਿਮਨੂ ਨਹੀਂ ਸੀ ਬਣਿਆ ਠੀਕ ਹੈ ਵੀ ਉਹੀ ਅਬਿਮਨੂ ਸੀ ਤਾਂ ਕਰਕੇ ਹੋਰ ਕੋਈ ਨਹੀਂ ਸੀ ਬਣ ਸਕਿਆ ਕੈਨੂੰ ਨਹੀਂ ਲੱਗੇ ਸੱਲ ਪੁੱਤਰਾਂ ਦੇ ਮਾਤਾ ਤੂਣ ਦਲਗੀਰ ਵੀ ਹੋਏ ਨਹੀਂ ਉਹ ਕਹਿੰਦਾ ਇਸ ਕਰਕੇ ਉਹ ਦੁਖੀ ਨਾ ਹੋ ਕਿਉਂਕਿ ਕੋਈ ਵੀ ਅਜਿਹਾ ਬੰਦਾ ਨਹੀਂ ਜਿਸ ਨੂੰ ਪੁੱਤਰ ਦਾ ਦੁੱਖ ਨਾ ਲੱਗਾ ਹੋਵੇ ਕਾਦਰ ਯਾਰ ਦਲੇਰੀਆਂ ਦੇ ਪੂਰਨ ਗਮ ਖਾ ਮਾਏ ਖਫਤਨ ਹੋਏ ਨੇ ਕਾਦਰ ਯਾਰ ਕਹਿੰਦਾ ਹੈ ਕਿ ਪੂਰਨ ਭਗਤ ਮਾਤਾ ਇਛਰਾ ਨੂੰ ਦਲੇਰੀਆਂ ਦਿੰਦਾ ਹੋਇਆ ਕਹਿ ਰਿਹਾ ਸੀ ਕਿ ਉਹ ਗਮ ਨੂੰ ਬਰਦਾਸ਼ਤ ਕਰੇ ਤੇ ਦੁਖੀ ਨਾ ਹੋਵੇ ਲਾਮ ਲਈ ਆਵਾਜ਼ ਪਛਾਨ ਮਾਤਾ ਸੱਚ ਆਖ ਬੇਟਾ ਕਿੱਥੋਂ ਆਇਆ ਏ ਠੀਕ ਹੈ ਤਾਂ ਫਿਰ ਮਾਂ ਨੇ ਆਵਾਜ਼ ਪਛਾਨ ਲਈ ਕਾਦਰਯਾਰ ਲਿਖਦਾ ਹੈ ਕਿ ਜਦੋਂ ਪੂਰਨ ਭਗਤ ਨੇ ਦਲਾਸਾ ਦੇਣ ਵਾਲੀਆਂ ਗੱਲਾਂ ਕੀਤੀਆਂ ਤੇ ਮਾਂ ਨੇ ਉਸ ਦੀ ਆਵਾਜ਼ ਨੂੰ ਪਛਾਣ ਲਿਆ ਕਿਹੜਾ ਮੁਲਕ ਤੇਰਾ ਕਹਿੰਦਾ ਪੁੱਤ ਹੈ ਤੂੰ ਕਿਹੜੀ ਮਾਏ ਕਰਮਾਂ ਵਾਲੀ ਜਾ ਆਏ ਅੱਖੇ ਦੇ ਸੇ ਤਾਂ ਸੂਰਤੋਂ ਲੱਭ ਲਵਾਂ ਬੋਲੀ ਵੱਲੋਂ ਤਾਂ ਪੁੱਤਰ ਪਰਤਾਇਆ ਹੈ ਕਾਦਰਯਾਰ ਆਖੇ ਦੱਸ ਭੇਤ ਮੈਨੂੰ ਜਾਂ ਮੈਂ ਭੁੱਲੀ ਜਾਂ ਰੱਬ ਮਲਾਇਆ ਹੈ ਤੇ ਫਿਰ ਦੇਖੋ ਕਹਿੰਦੀ ਆ ਵੀ ਕਿਹੜਾ ਮੁਲਕ ਤੇਰਾ ਕਹਿੰਦਾ ਕਹਿੰਦਾ ਪੁੱਤ ਹੈ ਤੂੰ ਕਿਹੜੀ ਮਾਈ ਕਰਮਾਂ ਵਾਲੀ ਦਾ ਜਾਇਆ ਹੈ ਯੋਨੇ ਉਹਦੀ ਆਵਾਜ਼ ਨੂੰ ਪਛਾਣ ਲੈਣਾ ਤੇ ਫਿਰ ਉਹ ਉਸ ਨੂੰ ਕਹਿਣ ਲੱਗੀ ਵੀ ਉਹ ਸੁਖ ਨਾਲ ਕਿੱਥੋਂ ਆਇਆ ਹੈ ਤੇ ਉਸ ਦਾ ਦੇਸ਼ ਕਿਹੜਾ ਹੈ ਤੇ ਕਿਹੜੀ ਕਰਮਾਂ ਵਾਲੀ ਮਾਂ ਨੇ ਉਸ ਨੂੰ ਜਨਮ ਦਿੱਤਾ ਹੈ ਅੱਖੇ ਦੇ ਸੇ ਨਾਲ ਸੂਰਤੋਂ ਲੱਭ ਲਵਾ ਬੋਲੀ ਵੱਲੋਂ ਤਾਂ ਪੁੱਤਰ ਪਰਤਿਆ ਹੈ ਉਹ ਕਹਿੰਦੀ ਜੇਕਰ ਉਸ ਨੂੰ ਅੱਖਾਂ ਤੋਂ ਦਿਸਦਾ ਹੁੰਦਾ ਤਾਂ ਉਸ ਦੀ ਸੂਰਤ ਦੇਖ ਕੇ ਪਛਾਣ ਲੈਂਦੀ ਪਰ ਉਸ ਦੀ ਬੋਲੀ ਸੁਣ ਕੇ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਵੀ ਜਿਵੇਂ ਉਹ ਉਸ ਦਾ ਹੀ ਪੁੱਤਰ ਹੋਵੇ ਠੀਕ ਹੈ ਪਰਤਿਆ ਆ ਜਣੀ ਜਾਣਿਆ ਵਾ ਤੇ ਕਰਮਾਂ ਵਾਲੀ ਕਿਸਮਤ ਵਾਲੀ ਨੂੰ ਕਿਹਾ ਜਾਂਦਾ ਕਾਦਰ ਯਾਰ ਆਖੇ ਦੱਸ ਭੇਤ ਮੈਨੂੰ ਜਾਂਵੇਂ ਭੁੱਲੀ ਜਾਂ ਰੱਬ ਮਲਾਇਆ ਹੈ ਤੇ ਮਾਤਾ ਨੇ ਪੂਰਨ ਨੂੰ ਕਿਹਾ ਕਿ ਉਸ ਨੂੰ ਭੇਤ ਦੀ ਗੱਲ ਦੱਸੇ ਕਿ ਉਸਨੇ ਉਸ ਨੂੰ ਪਛਾਣਨ ਵਿੱਚ ਗਲਤੀ ਖਾਦੀ ਹੈ ਜੇ ਰੱਬ ਨੇ ਉਸ ਨੂੰ ਉਸਦੇ ਪੁੱਤਰ ਨਾਲ ਹੀ ਮਿਲਾ ਦਿੱਤਾ ਹੈ ਤਾਂ ਮਾਂ ਪੁੱਤਰ ਦਾ ਮੇਲ ਕਵਿਤਾ ਦਾ ਕੇਂਦਰੀ ਭਾਵ ਦੇਖੋ ਸਿਆਲਕੋਟ ਵਿਖੇ ਆਪਣੇ ਬਾਗ ਵਿੱਚ ਬੈਠੇ ਪੂਰਨ ਭਗਤ ਦੀ ਪ੍ਰਸਿੱਧੀ ਫੈਲਣ ਨਾਲ ਉਸ ਦੀ ਅੰਨੀ ਮਾਤਾ ਇਚਰਾ ਡਿਗਦੀ ਟੈਂ ਦੀ ਉਸ ਨੂੰ ਮਿਲਣ ਆਈ ਤੇ ਮਾਤਾ ਨੇ ਉਸ ਦੀ ਆਵਾਜ਼ ਪਛਾਣ ਕੇ ਉਸ ਦਾ ਖਾਨਦਾਨ ਪੁੱਛਿਆ ਤੇ ਉਸ ਦੇ ਸਲੀਅਤ ਦੱਸਣ ਤੇ ਮਾਤਾ ਦੀ ਨਜ਼ਰ ਭਰਤਾਈ ਤੇ ਇਸ ਤਰ੍ਹਾਂ ਮਾਂ ਪੁੱਤਰ ਦਾ ਮੇਲ ਹੋ ਗਿਆ। ਤੁਸੀਂ ਦੇਖੋ ਕਾਦਰ ਯਾਰ ਦਾ ਕਿੱਸਾ ਪੂਰਨ ਭਗਤ ਜੋ ਕਿ 10ਵੀਂ ਕਲਾਸ ਨਾਲ ਰਿਲੇਟਡ ਹੈ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਯਾਦ ਕਰੋ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।